ਵਿਜੀਲੈਂਸ ਦੇ ਵੱਲੋਂ ਇੱਕ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਦੱਸ ਦਿਓ ਕਿ 15,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਇਹ ਸਬ ਇੰਸਪੈਕਟਰ, ਜਿਸ ਨੂੰ ਵਿਜੀਲੈਂਸ ਦੀ ਟੀਮ ਦੇ ਵੱਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸ ਦਿਓ ਕਿ ਕਾਰ ਡੀਲਰ ਦੀ ਸ਼ਿਕਾਇਤ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਤਾਂ ਪੰਜਾਬ ਦੇ ਵਿੱਚ ਲਗਾਤਾਰ ਰਿਸ਼ਵਤਖੋਰਾਂ ਖਿਲਾਫ ਕਾਰਵਾਈ ਹੋ ਰਹੀ ਹੈ ਤੇ ਹੁਣ ਬਰਨਾਲਾ ਵਿਜੀਲੈਂਸ ਦੇ ਵੱਲੋਂ CIA ਬਰਨਾਲਾ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਕਾਰ ਡੀਲਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਹੁਣ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸਬ ਇੰਸਪੈਕਟਰ ਤੇ 15,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਇੱਕ ਸਕਾਰਪੀਓ ਗੱਡੀ ਦਾ ਸੌਦਾ ਕੀਤਾ ਸੀ ਜਿਸ ਦਾ ਝਗੜਾ ਚੱਲ ਰਿਹਾ ਸੀ ਤੇ ਸਬ ਇੰਸਪੈਕਟਰ ਉਸ ਨੂੰ ਸਮਝੌਤਾ ਕਰਨ ਲਈ ਉਸ ਤੇ ਦਬਾਅ ਪਾ ਰਿਹਾ ਸੀ ਤੇ ਸਮਝੌਤਾ ਨਾ ਕਰਨ ਦੀ ਸੂਰਤ 'ਚ ਉਸ ਦੇ ਖਿਲਾਫ FIR ਦਰਜ ਕਰਨ ਦਾ ਡਰਾਵਾ ਦੇ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ 15,000 ਰੁਪਏ ਰਿਸ਼ਵਤ ਦੇ ਤੌਰ 'ਤੇ ਮੰਗੇ ਤੇ ਇਸ ਦੀ ਵਿਜੀਲੈਂਸ ਨੂੰ ਉਸਨੇ ਸ਼ਿਕਾਇਤ ਕਰ ਦਿੱਤੀ ਤੇ ਵਿਜੀਲੈਂਸ ਦੇ ਵੱਲੋਂ ਟਰੈਪ ਲਾਇਆ ਗਿਆ ਤੇ ਸਬ ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਹੈ। ਇਹ ਸਿਮਰਦੀਪ ਸਿੰਘ ਆ ਜੀ, ਲੜਕਾ ਇੱਕ ਪੱਖੋ ਕਲਾਂ ਤੋਂ, ਉਹਨੇ ਸਾਡੇ ਕੋਲ ਇੱਕ ਦਰਖਾਸਤ ਦਿੱਤੀ ਸੀ ਕੋਈ ਗੱਡੀ ਦਾ, ਉਹਦਾ ਅਸੀਂ ਸੇਲ ਕਰੀ ਸੀ ਉਹਨੇ ਗੱਡੀ, ਉਹਦੇ ਵਿੱਚ ਉਹ ਮਤਲਬ ਜਿਹੜੀ ਸੰਬੰਧਿਤ ਧਿਰ ਸੀ ਉਹਨਾਂ ਨੇ ਸਿਮਰਦੀਪ ਸਿੰਘ ਸਬ ਇੰਸਪੈਕਟਰ ਕੋਲ ਦਿੱਤੀ ਸੀ ਦਰਖਾਸਤ ਉਹਦੇ ਅਗੇਂਸਟ। ਉਹਦੇ ਵਿੱਚ ਜਾਣੀ 15,000 ਰੁਪਏ ਦੇ ਇਹਨਾਂ ਦੇ ਰਿਸ਼ਵਤ ਦੇ ਰੂਪ 'ਚ ਰੈੱਡ ਹੈਂਡਰ ਟਰੈਪ ਦੇ ਦੌਰਾਨ ਇਹਨਾਂ ਨੂੰ ਅਸੀਂ ਪਕੜਿਆ CIA ਹੰਡਾਇਆ ਤੋਂ, ਹੁਣ ਕੋਰਟ 'ਚ ਪੇਸ਼ ਕਰ ਰਹੇ ਹਾਂ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਫਿਰ ਰਿਮਾਂਡ ਅਗਲਾ ਲਵਾਂਗੇ, ਜੋ ਵੀ ਕਾਰਵਾਈ ਅੱਗੇ ਕਾਨੂੰਨ ਅਨੁਸਾਰ ਉਹ ਕਰਾਂਗੇ। ਕਿਹੜੀ ਕਿਹੜੀ ਧਾਰਾ ਲਾਈ? ਇਹ 7PC Act ਜੀ, ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿੱਚ 5 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਜੀ। ਵਿਜੀਲੈਂਸ ਦੇ ਵੱਲੋਂ ਇੱਕ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਦੱਸ ਦਿਓ ਕਿ 15,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਇਹ ਸਬ ਇੰਸਪੈਕਟਰ, ਜਿਸ ਨੂੰ ਵਿਜੀਲੈਂਸ ਦੀ ਟੀਮ ਦੇ ਵੱਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸ ਦਿਓ ਕਿ ਕਾਰ ਡੀਲਰ ਦੀ ਸ਼ਿਕਾਇਤ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਤਾਂ ਪੰਜਾਬ ਦੇ ਵਿੱਚ ਲਗਾਤਾਰ ਰਿਸ਼ਵਤਖੋਰਾਂ ਖਿਲਾਫ ਕਾਰਵਾਈ ਹੋ ਰਹੀ ਹੈ ਤੇ ਹੁਣ ਬਰਨਾਲਾ ਵਿਜੀਲੈਂਸ ਦੇ ਵੱਲੋਂ CIA ਬਰਨਾਲਾ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਕਾਰ ਡੀਲਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਹੁਣ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸਬ ਇੰਸਪੈਕਟਰ ਤੇ 15,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਤਾਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਇੱਕ ਸਕਾਰਪੀਓ ਗੱਡੀ ਦਾ ਸੌਦਾ ਕੀਤਾ ਸੀ ਜਿਸ ਦਾ ਝਗੜਾ ਚੱਲ ਰਿਹਾ ਸੀ ਤੇ ਸਬ ਇੰਸਪੈਕਟਰ ਉਸ ਨੂੰ ਸਮਝੌਤਾ ਕਰਨ ਲਈ ਉਸ ਤੇ ਦਬਾਅ ਪਾ ਰਿਹਾ ਸੀ ਤੇ ਸਮਝੌਤਾ ਨਾ ਕਰਨ ਦੀ ਸੂਰਤ 'ਚ ਉਸ ਦੇ ਖਿਲਾਫ FIR ਦਰਜ ਕਰਨ ਦਾ ਡਰਾਵਾ ਦੇ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ 15,000 ਰੁਪਏ ਰਿਸ਼ਵਤ ਦੇ ਤੌਰ 'ਤੇ ਮੰਗੇ ਤੇ ਇਸ ਦੀ ਵਿਜੀਲੈਂਸ ਨੂੰ ਉਸਨੇ ਸ਼ਿਕਾਇਤ ਕਰ ਦਿੱਤੀ ਤੇ ਵਿਜੀਲੈਂਸ ਦੇ ਵੱਲੋਂ ਟਰੈਪ ਲਾਇਆ ਗਿਆ ਤੇ ਸਬ ਇੰਸਪੈਕਟਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਹੈ। ਇਹ ਸਿਮਰਦੀਪ ਸਿੰਘ ਆ ਜੀ, ਲੜਕਾ ਇੱਕ ਪੱਖੋ ਕਲਾਂ ਤੋਂ, ਉਹਨੇ ਸਾਡੇ ਕੋਲ ਇੱਕ ਦਰਖਾਸਤ ਦਿੱਤੀ ਸੀ ਕੋਈ ਗੱਡੀ ਦਾ, ਉਹਦਾ ਅਸੀਂ ਸੇਲ ਕਰੀ ਸੀ ਉਹਨੇ ਗੱਡੀ, ਉਹਦੇ ਵਿੱਚ ਉਹ ਮਤਲਬ ਜਿਹੜੀ ਸੰਬੰਧਿਤ ਧਿਰ ਸੀ ਉਹਨਾਂ ਨੇ ਸਿਮਰਦੀਪ ਸਿੰਘ ਸਬ ਇੰਸਪੈਕਟਰ ਕੋਲ ਦਿੱਤੀ ਸੀ ਦਰਖਾਸਤ ਉਹਦੇ ਅਗੇਂਸਟ। ਉਹਦੇ ਵਿੱਚ ਜਾਣੀ 15,000 ਰੁਪਏ ਦੇ ਇਹਨਾਂ ਦੇ ਰਿਸ਼ਵਤ ਦੇ ਰੂਪ 'ਚ ਰੈੱਡ ਹੈਂਡਰ ਟਰੈਪ ਦੇ ਦੌਰਾਨ ਇਹਨਾਂ ਨੂੰ ਅਸੀਂ ਪਕੜਿਆ CIA ਹੰਡਾਇਆ ਤੋਂ, ਹੁਣ ਕੋਰਟ 'ਚ ਪੇਸ਼ ਕਰ ਰਹੇ ਹਾਂ ਮਾਨਯੋਗ ਅਦਾਲਤ 'ਚ ਪੇਸ਼ ਕਰਕੇ
ਫਿਰ ਰਿਮਾਂਡ ਅਗਲਾ ਲਵਾਂਗੇ, ਜੋ ਵੀ ਕਾਰਵਾਈ ਅੱਗੇ ਕਾਨੂੰਨ ਅਨੁਸਾਰ ਉਹ ਕਰਾਂਗੇ। ਕਿਹੜੀ ਕਿਹੜੀ ਧਾਰਾ ਲਾਈ? ਇਹ 7 PC Act ਜੀ, ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿੱਚ 5 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਜੀ।